بسم اللہ الرحمن الرحیم السلام علیکم میرے تسی اپنا سرکیاں چینل تے میں تہاڈا میزبان دے چان ਰਾਮਾਬਾਦ ਤੇ ਰੋਜ਼ਾਨਾ ਦੀ ਨਵੀਂ ਤੇ ਨਵੀਂ ਤੇ ਅੱਛੀ ਤੇ ਅੱਛੀ ਵੀਡੀਓ ਲੈ ਕੇ ਜ਼ਰੂਰ ਵੀਡੀਓ ਉਮੀਦ ਕਰਦਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਇਸ ਡੇਰੇ ਦੇ ਵੀਡੀਓ ਜਿਹੜਾ ਨਾ ਤੁਸੀਂ ਵੇਖਦੇ ਪਿਓ ਕਿ ਆਪਾਂ ਸਿਲਸਿਲਾਵਾਰ ਜਿਹੜੀ ਹੈ ਨਾ ਵੀਡੀਓ ਇਹ ਬੁੱਧ ਵਾਲੇ ਦਿਨ ਮੁਦੱਸਰ ਵੜੈਚ ਇਹਦੀ ਵੀਡੀਓ ਜਿਹੜੀ ਹੈ ਨਾ ਅਪਲੋਡ ਹੋਣੀ ਹੈ ਬਾਕੀ ਵੀਡੀਓ ਦਾ ਡਰੈਸ ਅੰਜੇ ਕਿ ਜ਼ਿਲ੍ਹਾ ਤਹਿਸੀਲ ਇਹ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਇਹਨਾਂ ਦਾ ਸਾਰੋ ਕੀ ਲੋਕੇਸ਼ਨ ਹਰ ਵੀਡੀਓ ਚ ਦੱਸੀ ਜੀ ਕਿਸੇ ਵੀ ਭਰਾਵ ਨਾ ਹੋਵੇ ਗੁਜਰਾਤ ਤੋਂ ਜਿਹੜਾ ਰੋਡ ਨਿਕਲਦਾ ਨਾ ਸਰਗੋਧਾ ਰੋਡ ਉਸ ਰੋਡ ਦੇ ਉੱਤੇ ਆਉਣਾ ਤੇ ਅੱਗੇ 3 ਕਿਲੋਮੀਟਰ ਤੋਂ ਬਾਅਦ ਜਿਹੜਾ ਨਾ ਇਹਨਾਂ ਦਾ ਪਿੰਡ ਆਉਂਦਾ ਇਹ ਇਹਨਾਂ ਦੇ ਲੋਕੇਸ਼ਨ ਹੈ ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਡੰਗਰਾਂ ਦੇ ਉਹ ਸਾਰੀ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਤਫਸੀਲ ਜਿਹੜੀ ਹੈ ਤੇ ਭਾਈ ਮੁਦੱਸਰ ਕੋ ਪੁੱਛ ਲਾਂਗੇ ਨਾਲ ਪੁੱਛ ਲਾਂਗੇ ਕਿ ਟੋਟਲ ਜਿਹੜਾ ਨਾ ਕਿੰਨੇ ਡੰਗਰ ਨੇ ਜਿਹੜੇ ਅੱਜ ਇਹਨਾਂ ਵੀਡੀਓ ਚ ਲਾਣੇ ਨੇ ਬਾਕੀ ਮਾਲ ਵੇਖ ਲੈਣਾ ਅਗਲੀ ਗੱਲਬਾਤ ਜਿਹੜੀ ਹੈ ਨਾ ਤੁਸੀਂ ਬਿਹਤਰ ਜਾਣਦੇ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਜਿਹੜਾ ਹੈ ਨਾ ਤੇ ਭਾਈ ਮੁਦੱਸਰ ਦਾ ਸਕਰੀਨ ਤੇ ਲਾ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਪੈਨ ਕਰ ਲੈਣਾ ਵਾਰ ਅੱਜ ਬੁੱਧ ਤਾਰੀਖ ਬਣਦੀ ਹੈ 31 ਜੁਲਾਈ 2024 ਬਾਕੀ ਅੱਲਾ ਪਾਕ ਰੱਖੇ ਹੈਰ ਤੇ ਪਹਿਲਾ ਤਕੀ ਜਿਹੜਾ ਨਾ ਵੀਡੀਓ ਕਰਨੇ ਆ ਜੀ ਚਿਰੋ ਆਓ ਜੀ ਭਾਈ ਮੁਦੱਸਰ ਅਸਲਾਮ ਅਲੈਕਮ ਜੀ ਵਾਲੇਕਮ ਅਸਲਾਮ ਹਾਂਜੀ ਭਾਈ ਕੀ ਹਾਲ ਹੈ ਅੱਲਾ ਪਾਕ ਦਾ ਬੜਾ ਆਸਾਨ ਜੀ ਸ਼ੁਕਰ ਅਸਪਾਸ ਲਾਦਾ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਜੀ ਅੱਲਾ ਪਾਕ ਦਾ ਸ਼ੁਕਰ ਜੇ ਫਜ਼ਲ ਹੈ ਕਰਮ ਹੈ ਦੀ ਜ਼ਾਤ ਦਾ ਭਾਈ ਮੁਦੱਸਰ ਕਿੰਨੇ ਨੇ ਡੰਗੇ ਜਿਹੜੇ ਆ ਲਾਣੇ ਡੰਗਰ ਜੀ ਅੱਜ 5 ਠੀਕ ਹੈ ਇੱਕ ਵੈੜੀ ਜੇ ਤੇ 3 ਛੋਟੀਆਂ ਜਿਹੜੀਆਂ ਵੇਖੀਆਂ ਨੇ ਕੱਲ ਵੈਰੀ ਗੁੱਡ ਜਨਾਬ ਹੁਣ ਭਰਾਵਾਂ ਨੂੰ ਸ਼ੋਕ ਬਹਾਨੇ ਆ 5 ਛੋਟੀਆਂ ਤੇ ਇੱਕ ਵੈੜੀ ਜਿੰਨਾਂ ਚ 2 ਬੂਰੀਆਂ ਵੀ ਨੇ 2 ਬੂਰੀਆਂ ਵੀ ਤੇ ਫਿਰ ਚੋਗੀਆਂ ਛਿਗੀਆਂ ਨੇ ਪਹਿਲਣਾ ਤੇ ਚੋਗੀਆਂ ਛਿਗੀਆਂ ਫੁੱਲ ਛਿਗੀਆਂ ਵੀ ਨਹੀਂ ਛਿਗੀਆਂ ਨੇ ਕੰਨੀਆਂ ਤੇ ਚੋਗੀਆਂ ਨਹੀਂ ਕੰਨੀਆਂ ਵੈਰੀ ਗੁੱਡ ਜਨਾਬ ਜਿਹੜੀਆਂ 3 ਘੱਲੀਆਂ ਨੇ ਉਹ ਵੀ ਪਹਿਲਣ ਘੱਲੀਆਂ ਨੇ ਠੀਕ ਹੈ ਇੱਕ ਕੋਲ ਉਹ ਜਾਣੀ ਹੈ ਲਾਲੇ ਮੂਸੇ ਦੇ ਕੋਲ ਪਿੰਡ ਉਹ ਜਾਏ ਉੱਥੇ ਜਾਣੀ ਹੋਰ ਘੱਲਣੀ ਹੈ ਵੀਡੀਓ ਤੋਂ ਬਾਅਦ ਪਹਿਲੀ ਦਫਾ ਚੱਲੀ ਅੱਗੇ ਵੀ ਉੱਥੇ ਮਾਰ ਨਹੀਂ ਉੱਥੇ ਇੱਕ ਵੈੜੀ ਹੈ ਕਈ ਠੀਕ ਹੋ ਗਿਆ ਜਨਾਬ ਤੇ ਇੱਕ ਚਕਵਾਲ ਘੱਲੀ ਉੱਥੇ ਵੀ ਪਹਿਲੀ ਵਾਰੀ ਘੱਲੀ ਹੈ ਠੀਕ ਹੈ ਇੱਕ ਕੱਲ ਪਿੰਡ ਦਾਦਨ ਹਨ ਗਏ ਪਿੰਡ ਦਾਦਨ ਹਨ ਗਏ ਉੱਥੇ 3-4 ਡੰਗਰ ਚੱਲੇ ਲੋ ਜੀ ਇੱਕ ਚਕਵਾਲ ਤੇ ਇੱਕ ਪਿੰਡ ਦਾਦਨ ਹਨ ਤੇ ਇੱਕ ਲਾਲੇ ਮੂਸੇ ਨਾ ਨਹੀਂ ਭਰਾਵਾਂ ਦਾ ਮੈਨੂੰ ਯਾਦ ਹੈ ਉਹ ਮਦਰ ਤੇ ਠੀਕ ਹੈ ਤੇ ਉੱਥੇ ਗਈਆਂ ਨੇ ਤੁਹਾਡੇ ਵਾਸਤੇ ਸਲਾਮ ਹੈ ਜੀ ਬੜਾ ਘੁੱਟ ਕੇ ਨਾ ਠੀਕ ਹੈ ਮੈਨੂੰ ਉਸ ਮਲਕ ਬਿੱਲਾ ਸਾਹਿਬ ਵੀਡੀਓ ਸਾਡਾ ਤੁਹਾਡਾ ਬੜਾ ਨਾ ਪਿਆਰ ਵਾਲਾ ਤੇ ਮੇਰੇ ਵੀ ਪਿਆਰ ਵਾਲਾ ਔਰ ਆਪਣੇ ਜਾਨੀ ਜਾਨ ਹੈ ਸੁਧੀਆਂ ਡੁੱਰ ਗਏ ਨੇ ਅੱਛਾ ਜੀ ਆ ਤੇ ਮੈਨੂੰ ਹੁਣ ਕੱਲ ਕੀਤਾ ਤੇ ਪਰਸੋਂ ਵੀ 2 ਦਿਹਾੜ ਸਕਾਰੇ ਮੈਂ ਵੀਡੀਓ ਬ੍ਰਹਿ ਸਾਹਿਬ ਵੇਖ ਲੈਣੀ ਹੈ ਮੇਰਾ ਪਾਦਸ਼ਾਹ ਨੂੰ ਸਲਾਮ ਲਾਜ਼ਮੀ ਦੇਣਾ ਲੋ ਜੀ ਸਲਾਮ ਤੇ ਪੁੱਜ ਗਿਆ ਤੇ ਇੱਕ ਜਨਾਬ ਫਿਰ ਲੰਭਾਈ ਹੈ ਸਾਡਾ ਆ ਬਿਲਕੁਲ ਜੀ ਮੈਨੂੰ ਵੀ ਕੀਤਾ ਉਹ ਮਿਲਣਾ ਹੀ ਮੈਂ ਮਤਲਬ ਜ਼ਿਆਦਾ ਦਰਾਗ ਵੀ ਹਮ ਦੁਨੀਆ ਵਿੱਚ ਮੈਂ ਚਲੋ ਅੱਲਾ ਹੈਰ ਕਰੇ ਚਲੋ ਜੀ ਅੱਲਾ ਪਾਕ ਜਨਾਬ ਤੁਸੀਂ ਜਨਾਬ ਜਿਸ ਮਿਸ਼ਨ ਦੇ ਗਏ ਹੋ ਨਾ ਅੱਲਾ ਤੇ ਅੱਲਾ ਪਾਕ ਤੁਹਾਨੂੰ ਚੋਖਾ ਰਿਜ਼ਕ ਦੇਵੇ ਔਰ ਸਾਡੀ ਤਰਫੋਂ ਜਨਾਬ ਸਾਰੇ ਭਰਾਵਾਂ ਨੂੰ ਜਿਹੜਾ ਨਾ ਜਿੱਥੇ ਜਿੱਥੇ ਵੀ ਬਹਿ ਕੇ ਵਸਦੇ ਹੋ ਹੱਸਦੇ ਰਹੋ ਤੇ ਵਸਦੇ ਰਹੋ ਔਰ ਬਿਲਖਸੂਸ ਮਲਕ ਬਿੱਲਾ ਸਾਹਿਬ ਚਾਹਤ ਮੁਹੱਬਤ ਦੇ ਲਗਨ ਇਹਦਾ ਜਨਾਬ ਸ਼ੁਕਰੀਆ ਅਦਾ ਕਰਨੇ ਲੋ ਜੀ ਭਾਈ ਮੁਦੱਸਰ ਸਲਾਮ ਦਾ ਕਰੋ ਜੀ ਆਪਣੇ ਅਸਲਾਮ ਅਲੈਕਮ ਸਭ ਮੁਸਲਮਾਨ ਭਰਾਵਾਂ ਨੂੰ ਦੁਨੀਆ ਦੇ ਜਿਹੜੇ ਨੁਕਰ ਪੁੰਨੇ ਤੋਂ ਮੁਸਲਮਾਨ ਭਰਾਵੇ ਵਸਦੇ ਨੇ ਸਭ ਨੂੰ ਮੇਰੇ ਕੋਲ ਜੀ ਅਰਵਾਹ ਦੀ ਤਰ੍ਹਾਂ ਖੁਸ਼ੀ ਦੁਆ ਪਰਦੇਸੀਆਂ ਵਾਸਤੇ ਅੱਲਾਹ ਤਾਲਾ ਪਰਦੇਸ ਵਿੱਚ ਜਿਸ ਜਿਸ ਪੁੰਨੇ ਦੂਜੇ ਦੇ ਘਰ ਚ ਵੀ ਭਰਾਵਾਂ ਨੂੰ ਲੈ ਕੇ ਅੱਲਾਹ ਤਾਲਾ ਉਹਨਾਂ ਨੂੰ ਆਪਣੀ ਇਜ਼ਮਾਂ ਚ ਰੱਖੇ ਤੇ ਰਹਿਰ ਜਿਹਾ ਆਪਣੇ ਵਸਦੇ ਘਰਾਂ ਚ ਲੈ ਕੇ ਆਵੇ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਰਹੋ
ਸਾਹਮਣੇ ਅੱਜ ਦੀ ਵੀਡੀਓ ਦੇ ਵਿਚ ਜਨਾਬ ਝੋਟੀਆਂ ਨੇ 5 ਔਰ ਇੱਕ ਵੈੜੀ ਜਿਹੜਾ ਨਾ 6000 ਨੇ ਜਿਹੜੇ ਭਰਾਵਾਂ ਨੂੰ ਤਕਾਣੇ ਨੇ ਲੋ ਜੀ ਝੋਟੀ ਨੰਬਰ ਜਿਹੜੀ ਇਹਨਾਂ ਦੀ 1 ਮਾਸ਼ਾਅੱਲਾ ਫਿਰ ਲਿਬਾਸ ਵਿੱਚ ਚੰਗੀਆਂ ਵੀ ਨਿਸ਼ਾਨੀ ਹੈ ਹੀ ਭਾ ਬੜੀ ਚੰਗੀ ਹੈ ਵੇਖੋ ਕਿਸੇ ਪਾਸੂ ਦੀ ਗੁੰਜੀ ਪੂਰਾ ਸੋਨਾ ਜਿਹੜਾ ਨਾ ਉਹ ਸਿੱਕਾ ਦਾ ਟਾਂਕਾ ਨਹੀਂ ਹੁੰਦਾ ਬਾਬਲਾਲ ਘੋਟੇ ਬਹਾਂਦੇ ਨੇ ਮਗਰ ਬਣ ਵੀ ਠੀਕ ਹੈ ਤੇ ਬਟਨ ਲੈ ਲੋ ਜੀ ਅਸੇ ਪਹਿਲੇ ਦੇ ਉੱਤੇ ਘੋਰ ਨੇ ਜਿਹੜਾ ਨਾ ਝੋਟੀਆਂ ਨੂੰ ਇੱਕ ਵਾਰੀ ਜਿਹੜਾ ਨਾ ਤਾਂ ਕਿ ਬਲਾਲ ਤਸੱਲੀਆਂ ਜਿਹੜੀਆਂ ਨੇ ਨਾ ਇਹ ਪੂਰੀਆਂ ਕਰਾਏ ਲਿਬਾਸ ਦੀ ਚੜਾਈ ਲੰਬਾਈ ਇਹ ਮੁਕੰਮਲ ਤੱਕਾ ਲੋ ਜੀ ਸੁਬਾ ਕੀ ਲਿਆ ਜੇ ਝੋਟੀ ਨੇ ਸੁਬਾ ਭਾ ਝੋਟੀ ਪਹਿਲਾਂ ਲਿਆ ਜੇ ਠੀਕ ਹੈ ਉਹਦੀ ਇਹ ਛਿਗੀਆਂ ਕੰਨੀਆਂ ਨੇ ਧਰੀਆਂ ਹੁੰਦੀ ਲੋ ਜੀ ਪਹਿਲਣ ਨੇ ਪਹਿਲਣ ਹੋ ਕੇ ਤੇ ਥਣ ਗੁੱਲਾ ਵੇਖਣ ਚੰਗੀਆਂ ਦੀਆਂ ਫਿਰ ਸਾਰੀਆਂ ਨਿਸ਼ਾਨੀਆਂ ਚਿੱਟਾ ਵੀ ਤੇ ਪਿੱਛੇ ਬਟਣ ਵੀ ਔਰ ਪੈਰ ਵੀ ਤੋਂ ਚੀ ਪੈਰ ਵੀ ਬਾਤੀ ਜਿਹਨੂੰ ਚੰਗੀ ਭਾਂਦੇ ਨੇ ਨਾ ਜੀ ਮੈਂ ਕਿ ਜਿਹੜੀਆਂ 5-6 ਜਾਂ 2-3 ਵੇ ਘਲੀਆਂ ਨੇ ਨਾ ਠੀਕ ਹੈ ਰੂਹ ਇਮਾਨ ਹੈ ਮੇਰਾ ਰੱਬ ਜਾਣਦਾ ਅੱਲਾ ਤੋਂ ਕਲੀ ਲਵੀ ਦੀਆਂ ਨੇ ਅਸੀਂ ਇਹਨਾਂ ਦੇ ਵਿੱਚ ਨਹੀਂ ਵੜੇ ਹੁੰਦੇ ਜੀ ਬਿਲਕੁਲ ਕੱਚੀਆਂ ਹੁੰਦੀਆਂ ਨੇ ਸਾਰੀਆਂ ਦੇ ਰੱਤ ਸੱਟਣੀਆਂ 5 ਤੋਂ 6 ਜਨਾਬ ਔਰ ਬੱਚਾ ਕੇ ਜੇ ਮਗਰ ਲੋ ਜੀ ਮਗਰ ਦੇ ਜਨਾਬ ਕੱਟਾ ਜਿਹੜਾ ਨਾ ਇੱਥੇ ਬੰਨੋ ਤੋਂ ਭਾਈ ਬੱਚੇ ਇੱਕ ਵਾਰੀ ਬਲਾਲ ਲਿਬਾਸ ਤੇ ਥਣ ਔਰ ਖੇੜਾ ਜਿਹੜਾ ਨਾ ਤੇ ਝੋਟੀ ਦਾ ਮੁਕੰਮਲ ਵਹਾਏ ਵਹਾੜ ਵਿੱਚ ਚੱਕ ਨਹੀਂ ਛੱਡਣਾ ਜਿਹੜਾ ਨਾ ਇਹ ਨਸੀਬ ਨੇ ਕਿੰਨੇ ਦਿਨ ਹੋ ਗਏ ਜੇ ਮੈਨੂੰ ਦੱਸਾ ਦੇ ਨਾ ਤੁਸੀਂ ਇਹਨੇ ਅੱਜ ਤਕਰੀਬਨ ਅਖਵਾਂ ਡਾਂਗੇ ਉਹ ਕੱਟਾ ਬੱਜੇ ਅਗਰ ਆਪਾਂ ਖਾਂਦੇ ਜੀ ਵਹਾਲ ਨੇ ਆਵਾਜ਼ ਦੇ ਵਿੱਚ ਜਿਹੜਾ ਨਾ ਮਗਰ ਇਹਦੇ ਕੱਟਾ ਜਨਾਬ ਅਠਵਾਂ ਡਾਂਗੇ ਇਸ ਝੋਟੀ ਨੂੰ ਸੋਏ ਆ ਮੈਲਾ ਜਿਹੜਾ ਨਾ ਇਸ ਝੋਟੀ ਨੇ ਸੱਟਣਾ ਕਿ ਕੀ ਦੁੱਧ ਹੱਟਿਆ ਮੈਂ ਦੇਖ ਲਿਆ ਦੁੱਧ ਪਾਜ 6ਵੇਂ ਤੋਂ 7ਵੇਂ ਡਾਂਗੇ ਦੇ ਥੱਲੇ 12 ਸਿਰ ਦੁੱਧ ਤੇ 11 ਦੇ ਤਸੱਲੀ ਦਵਾਂ ਲੋ ਜੀ 11 ਕਿਲੋ 11 ਕਿਲੋ ਇੱਕ ਤਸੱਲੀ ਦਵਾਂ ਦਾ ਠੀਕ ਹੈ ਬਾਤੀ ਜਿਹਨੂੰ ਚੰਗੀ ਤੇ ਨੂਰ ਵਾਲਿਆਂ ਦੇ ਨਾ ਭਾ ਉਹ ਵੇਖੋ ਨਾ ਕਾਲੀ ਵੀ ਪੈਰ ਵੀ ਧੁੱਪੇ ਥਣ ਗੁੱਲਾ ਹਜ਼ਾਰ ਮਾਝੂ ਵੱਖਰਾ ਥਣ ਹੁੰਦਾ ਮਾਸ਼ਾਅੱਲਾ ਵੱਖਰਾ ਜੀ ਬਿਲਕੁਲ ਪਹਿਲਣ ਹੋ ਕੇ ਜਿਹੜਾ ਨਾ ਔਰ ਪੁੱਛ ਲੈ ਵੇਖੋ ਬਰੀਕ ਜਿਹੜਾ ਨਾ ਉਹ ਜੀ ਬਰੀਕ ਲੋ ਜੀ ਦੁੱਧ 11 ਕਿਲੋ 11 ਕਿਲੋ ਮੈਂ ਅੰਨਾ ਵਾ ਕੱਲ ਮੇਰੇ ਕੋਲ ਜਿੰਨਾ ਖੜੀ ਹੈ ਨਾ ਮਾਝੂ ਤੁਹਾਡੇ ਨਾ ਭਾਈ ਬਲਾਲ ਦੇ ਨਾ ਪਿਛਲੀ ਜੋੜੀ ਚ 5 ਦੁੱਧ ਠੰਡਾ ਕਰਕੇ ਡੱਬੇ ਨਾਲ ਮਨਾਇਆ ਇਹ ਵੀ ਝੋਟੀ ਭਾ 12 ਸਿਰ 11 ਤਸੱਲੀ ਦਵਾਂ ਦਾ 12 ਦੁੱਧ ਹੋਵੇ ਤੇ ਭਰਾ ਦਵਾ ਦੇ ਵੈਰੀ ਗੁੱਡ ਜਨਾਬ ਦੂਜਾ ਇੱਕ ਹੋਰ 12 ਦੇ ਰੁਕਣੇ ਵਾਲੀ ਨਹੀਂ ਇਨਸ਼ਾਲਾ ਰਤ ਛਾ ਸੱਟੀ ਹੋਈ ਜਿਹੜੀ ਨਸਲ ਵਿੱਚ 13-14 ਤੇ ਦੁੱਧ ਪਈ ਦੇਵੇ ਇਨਸ਼ਾਲਾ ਜਨਾਬ ਲੋ ਜੀ ਵਡਿਆਈ ਸਾਹਿਬ ਦੀ ਗ੍ਰੇਟ ਬਿਸਮਿਲਲਾ ਪੜੋ ਜਨਾਬ ਝੋਟੀ ਕਿੰਨੇ ਦੀ ਦੇ ਰਹੇ ਹੋ ਝੋਟੀ ਦੇ ਆਂਦੀ ਹੈ ਮੁੱਲ ਕਰ 4.5 ਦਾ ਲੇਕਿਨ ਨਹੀਂ ਕਰਨਾ 4 ਵੀ ਨਹੀਂ ਕਰਨਾ ਵੈਰੀ ਗੁੱਡ ਜਨਾਬ ਇੰਜ ਪੱਕਾ ਜਿਹਾ ਮੁੱਲ ਕਰ ਰਹਿੰਦਾ ਭਾ 3.75 ਵੀ ਨਹੀਂ ਕਰਦੇ ਜੀ ਠੀਕ ਹੋ ਗਿਆ ਇੰਜ ਨਾ ਤੜਕ ਤੜਾਕੀ ਪਈ ਹੋਵੇ ਠੀਕ ਹੈ ਕਿਸੇ ਭਰਾ ਨੂੰ ਪਸੰਦ ਆਈ 3,60,000 ਦੀ ਝੋਟੀ ਜਾ ਰਾਜ਼ੀ ਆ ਤੇਰੇ ਤੋਂ ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 3,60,000 ਰੁਪਏ ਦੀ ਝੋਟੀ ਨੰਬਰ ਜਿਹੜੀ ਹੈ ਨਾ 1 ਪਹਿਲਣ ਜਨਾਬ ਹੋ ਗਈ ਹੈ ਮੁਕੰਮਲ ਅੱਗੇ ਝੋਟੀ ਨੰਬਰ ਆ ਗਈ ਜੀ 2 ਜਿਹੜੀ ਹੈ ਨਾ ਮੁੱਛ ਬੱਕੀ ਇਨਸ਼ਾਅੱਲਾ ਭਾ ਇੱਕ ਤੋਂ ਵੱਧ ਕੇ ਇੱਕ ਹੋਵੇ ਦੀ ਝੋਟੀ ਵੇਖੋ 5 ਕਲਾਂ ਦੀ ਹੁੰਦੀ ਹੈ ਪਿਛਲੇ ਪੈਰ ਦੋਵੇਂ ਚ ਧੁੱਬੇ ਜੀ ਬਿਲਕੁਲ ਇਹਨੇ ਵੀ ਜਿਹੜਾ ਜਿਹਨਾਂ ਮੇਰੇ ਹਾਂ ਚੋਗੀ ਦੇ ਵੇਖ ਕੇ ਆਇਆ ਨਹੀਂ ਮੈਂ ਹਾਂ ਇਹਨੇ ਵੀ ਛਿਗਲੇ ਕਰੀਆਂ ਤਾਂ ਜੀ ਤੇ ਪਹਿਲਣ ਲੋ ਜੀ ਪਹਿਲਣ ਕਿਹਦੀ ਕਰੀਆਂ ਸੋ ਇਹ ਛਿਗਦੀਆਂ ਦਨੀਆਂ ਜਿਹੜਾ ਨਾ ਇਹਨੇ ਰੱਖੀਆਂ ਨੇ ਚੋਗ ਦੇ ਮੁਕੰਮਲ ਕਰਕੇ ਜਿਹੜਾ ਨਾ
ਕੰਨੀਆਂ ਦੇ ਕੱਢਦੀ ਹੈ ਪੀ ਤੇ ਛੇਕ ਦੇ ਤਰੇ ਜੀ ਠੀਕ ਹੋ ਗਿਆ ਜੀ ਤੰਦਾ ਵੀ ਜਿਹੜਾ ਹੈ ਨਾ ਤੇ ਤਸੰਨੀ ਭਰਾਵਾਂ ਨੇ ਆਪ ਕਰਨੀ ਹੈ ਭਈ ਮੈਂ ਦੱਸਰ ਕਿੰਨੇ ਪੈਂਗਾ ਜੀ ਇਹ ਕੱਟੀ ਕਟਾ ਇਹਦਾ ਮਗਰ ਇਹਦੇ ਵੀ ਕੱਟਾ ਮਗਰ ਕਟਾ ਕਟੇ ਦੀ ਮੁੱਛ ਜਿਹੜੀ ਹੈ ਨਾ ਜੀ ਬਿਲਕੁਲ ਇਹ ਸੇਮ ਆਪਣੇ ਆ ਸੇਮ ਆਪਣੇ ਆ ਪਿਛਲੇ ਪੈਰ ਕੱਟੇ ਦੇ ਦੋਵੇਂ ਧੁੱਪੇ ਫਿਰ ਭਾਜੀ ਪਹਿਲਣ ਵੇਖ ਕੇ ਹੋ ਕੇ ਨਾ ਕੱਦ ਭਰਾ ਵੇਖਣ ਤੇ ਥਣ ਵੇਖਣ ਕਿੱਡਾ ਸੋਹਣਾ ਦੂਜਣਾ ਵਾਲਾ ਦੂਜਣਾ ਵਾਲਾ ਪਾਵਰ ਵਾਲਾ ਮੁੱਠ ਮੁੱਠ ਜੀ ਬਿਲਕੁਲ ਜੀ ਇੱਕ ਮੁੱਠ ਮੁੱਠ ਜਿਹੜਾ ਹੈ ਨਾ ਇਹ ਝੋਟੇ ਨੂੰ ਜਨਾਬ ਖਾਣੇ ਲੱਗੇ ਆ ਜੀ ਕਿੰਨੇ ਡੰਗਾਂ ਦੀ ਸੋਈ ਹੈ ਲੋ ਜੀ ਸੱਤਵਾਂ ਅੱਠਵਾਂ ਡਾਂਗੇ ਜਨਾਬ ਇਸ ਝੋਟੀ ਨੂੰ ਸੋਏ ਆ ਮਾਸ਼ਾਅੱਲਾ ਜੀ ਲੈਣੇ ਦੇਣੇ ਜਿਹੜਾ ਨਾ ਇਹ ਨਸੀਬ ਨੇ ਭਾਈ ਮਦਦਰ ਸੜਕ ਦੇ ਵਿਚਕਾਰ ਲੱਤ ਵੀ ਲਾ ਆ ਜਾਂਦਾ ਜਿੱਥੇ ਧਰੀਆਂ ਬਾਲਟੀ ਗੜਵਾ ਧਰ ਕੇ ਲੱਤ ਵੀ ਲਾ ਜਾਂਦਾ ਮੈਂ ਫ੍ਰੀ ਚੋਟੀ ਦੇ ਰਿਹਾ ਵੈਰੀ ਗੁੱਡ ਜਨਾਬ ਇੰਜ ਦੇ ਮਿਲਣ ਗਿਆ ਇਹ ਭਾਰੀ ਹੀ ਨਸਲਾਂ ਹੁੰਦੀਆਂ ਨੇ ਵੈਰੀ ਗੁੱਡ ਜਿੱਦਾਂ ਕੱਦ ਸੂ ਜਿੰਦੀ ਹੱਡੀ ਸੂ ਜੀ ਵੇਲ ਥਣ ਗੁੱਲਾ ਬੱਜੀ ਵੀ ਸੋਹਣੀ ਤੇ ਸਭ ਵੱਡੀ ਗੱਲ ਮੁੱਛ ਬੜੀ ਸੋਹਣੀ ਮੁੱਛ ਬੱਗੀ ਹੈ ਮੁੱਛ ਬੱਗੀ ਲੈਣ ਕੀ ਕੁ ਦੂਜੀ ਹੈ ਦੁੱਧ ਪਾ ਇਹਦੇ ਕੋਲ ਵੀ 12 11 ਇੱਕ ਸੱਜੀ ਲੋ ਜੀ ਇਹਦੇ ਕੋਲ ਵੀ 11 ਕਿਲੋ ਦੀ ਤਸੱਲੀ ਚੜਿਆ ਨਾ ਹਾਜ਼ਰ ਮੌਕਾ ਦੇਣੀ ਹੈ ਜਿੱਤੋ ਵੀ ਕੋ ਭਰਾ ਆਵੇ ਨਾ ਆ ਕੇ ਆਪਣੀ 2-3 ਟਾਈਮ ਜਿਹੜਾ ਨਾ ਆਪਣੀ ਤਸੱਲੀ ਕਰ ਲੈਣੀ ਲੋ ਜੀ ਵਿਧਾਇਕ ਸਾਹਿਬ ਦੀ ਗ੍ਰੇਡ ਝੋਟੀ ਜਨਾਬ ਨੰਬਰ 2 ਜਿਹੜੀ ਹੈ ਛਿੱਗ ਦੇ ਦੰਦ ਜਿਹੜਾ ਨਾ ਆਈਏ ਕੱਢ ਦੇ ਵੀ ਇਹ ਕਿੰਨੇ ਦੀ ਜਨਾਬ ਨੇ ਝੋਟੀ ਦੇ ਸੜਨੀ ਭਾਵ ਪੱਕਾ ਜਿਹਾ ਮੁੱਲ ਕਰ ਨਾ ਝੋਟੀ ਇਹ ਵੀ ਮੇਰੀਆਂ ਦੀ ਮੁੱਲ ਕਰ 4 ਲੱਖ ਠੀਕ ਹੈ ਪਰ 3.5 ਵੀ ਇਹਦਾ ਭਾਅ ਲੈਣਾ ਵੈਰੀ ਗੁੱਡ ਜਨਾਬ ਮੈਂ ਨਾ ਸ਼ਾਮ ਨੂੰ ਜਿਹੜਾ ਮੇਰਾ ਤਸਲਸਲ ਕਹਿ ਮੈਂ ਨਾ ਭਰਾ ਮਾਸ਼ਾ ਲਾਂ ਦੇ ਦਿਲ ਉਂਝ ਵੱਡਾ ਹੋ ਜਾਂਦਾ ਜੀ ਉਹ ਹੀ ਕੰਮ ਕਰਨਾ ਇਹਦੀਆਂ ਝੋਟੀਆਂ ਦਾ ਰੋਹ ਮਨ ਅੱਗੇ ਸੱਚੇ ਮੁੱਲ ਹੁੰਦੇ ਨੇ ਤੇ ਹੈ ਵੀ ਇੱਕ ਤੋਂ ਬਾਅਦ ਖੁੰਝੀ ਵੀ ਨਹੀਂ ਠੀਕ ਹੈ ਪੱਕਾ ਜਿਹਾ ਮੁੱਲ ਕਰਨਾ ਜੇ ਕਿਸੇ ਭਰਾ ਨੂੰ ਪਸੰਦ ਆਈ 3,25,000 ਦੇ ਝੋਟੀ ਦੇ ਯਾਰ ਰਾਜ਼ੀ ਆ ਤੇਰੇ ਤੋਂ 3,20,000 ਤੇ 5 ਲੋ ਜੀ 5,000 ਤੇ ਅੱਗੇ ਝੋਟੀ ਨੰਬਰ ਜਨਾਬ 3 ਤੇ 4 ਦੋ ਝੋਟੀਆਂ ਨੇ ਜਨਾਬ ਪੂਰੇ ਰੰਗ ਦੀਆਂ ਔਰ ਪਹਿਲਣਾ ਦੇ 5 ਕਲਿਆਣ 5 ਕਲਿਆਣ ਦੋਵੇ ਜੀ ਦੋਵਾਂ ਦੇ ਮਗਰ ਕੱਟੀਆਂ ਲੋ ਜੀ ਦੋਵਾਂ ਮਗਰ ਕੱਟੀਆਂ ਰਾਜ਼ੀ ਆ ਤੇਰੇ ਤੋਂ ਵਿੜਾਚਾ ਲੈਣੇ ਦੇਣੇ ਨਸੀਬ ਨੇ ਝੋਟੀਆਂ ਦੀ ਵੈਸੇ ਡਿਮਾਂਡ ਹੁੰਦੀ ਹੈ ਲੇਕਿਨ ਅੱਜ ਦੀ ਵੀਡੀਓ ਦੇ ਵਿੱਚ ਜੋੜਾ ਝੋਟੀਆਂ ਜੋੜਾ ਦੇ ਪਾਸੇ ਰੱਤੀ ਆ ਝੋਟੀ ਦਾ ਖਾਣ ਗੁੱਲਾ ਵੇ ਜੀ ਬਿਲਕੁਲ ਪਹਿਲਾਂ ਵੀ ਹੁੰਦੇ ਆ ਸਾਲ ਮਾਸ਼ਾਅੱਲਾ ਆਖਿਆ ਦੇ ਭਰਾ ਵੀ ਮਾਸ਼ਾਅੱਲਾ ਯਾ ਕਰਦੇ ਇਨਸ਼ਾਅੱਲਾ ਜੀ ਘਰ ਦਾ ਜੋ ਭਾਰੀ ਖਾਣੀ ਜਾਂਦਾ ਵੱਖਰਾ ਹੁੰਦਾ ਫਿਰ ਕੁੱਟੀ ਪੀਣ ਮਾਸ਼ਾਅੱਲਾ ਫਿਰ ਦੇਖੋ ਕਿੰਜ ਦਾ ਰੰਗ ਚੰਗਾ ਰੰਗ ਚੰਗਾ ਜੀ ਬਿਲਕੁਲ ਉਮਰ ਚੰਗੀ ਔਰ ਨਸਲ ਚੰਗੀ ਜਿਹੜਾ ਨਾ ਲੋ ਜੀ ਮੂੰਹ ਚੋ ਛਿੱਕੀ ਹੈ ਨਾ ਇਹ ਮੇਰੇ ਖਾਣਾ ਚੋਗੀ ਦੀਆਂ ਨੇ ਤਰੀਆਂ ਨੇ ਚੋਗੀ ਇਹ ਚੋਗੀ ਛਿੱਕੀ ਹੈ ਨਾ ਕੱਚੀ ਛਿੱਕੀ ਕਹਿ ਲੋ ਜਾਂ ਚੋਗੀ ਛਿੱਕੀ ਕਹਿ ਲੋ ਜਿਹੜਾ ਨਾ ਮਗਰ ਵੀ ਇਹਦੇ ਕੱਟੇ ਮਗਰ ਆ ਕੱਟੀ ਸੁੱਤੀ ਇਹ ਕਿੰਨੇ ਦਾ ਭਾਜੀ ਰੱਤ ਲੱਗੀ ਜੇ ਰੱਤੀ ਰੱਤ ਡੰਗਰ ਲੱਗਿਆ ਨਾ ਡੰਗਰ ਥੋੜਾ ਭੈੜਾ ਵੀ ਪੈਂਦਾ ਜੀ ਠੀਕ ਹੈ ਜੇ ਮੈਂ ਟਾਈਮ ਸੁ ਟਾਈਮ ਝੋਟੀ ਮੇਰੀ ਨਾ ਇੰਜ ਹੋਵੇ ਦੀ ਤੇ ਫਿਰ ਇਹ ਨਸਲਾਂ ਹੁੰਦੀਆਂ ਨੇ ਭਾ ਜਿੱਥੇ ਮਰਜ਼ੀ ਕਰਕੇ ਨਾ ਝੋਟੀ ਮੇਰੀ ਜਿੱਥੇ ਮਰਜ਼ੀ ਕਰਕੇ ਹੱਲਣ ਨਹੀਂ ਲੱਗੇ ਹੱਲਣ ਨਹੀਂ ਲੱਗੀ ਮਾਸ਼ਾਅੱਲਾ ਜਨਾਬ ਤੋਰ ਹੋ ਜੇਗਾ ਝੋਟੀ ਜਿਹੜਾ ਨਾ ਲੋ ਜੀ ਮੈਲੇ ਜਿਹੜਾ ਨਾ ਇਹ ਝੋਟੀ ਲੱਗੀ ਹੈ ਨੰਬਰ ਜਿਹੜੀ ਹੈ ਜੀ 3 ਬੂਰੀ ਔਰ 5 ਕਲਿਆਣ ਜਿਹੜਾ ਨਾ ਝੋਟੀ ਹੈ ਲੋ ਜੀ ਭਾਈ ਮਦਦਰ ਝੋਟੀ ਜਿੰਦੀ ਹੈ ਨਾ ਨਸਲ ਵਿੱਚ ਬਰੀਕ ਹੱਡੀ ਫਿਰ ਇੱਕ ਹੱਡੀ ਵਿੱਚ ਜੀ ਬਿਲਕੁਲ ਇਹਦਾ 15-16 ਪਿਆਖਾ ਨਾ ਜਿੰਨੇ ਲਿਬਾਸ ਝੋਟੀ ਪਹੁੰਚਾਉਂਦੀ ਹੈ ਕਿਸੇ ਪਾਸੋਂ ਨਹੀਂ ਜਿਹੜਾ ਦੁੱਧ ਹੈ ਉਹ
ਵੈਰੀ ਗੁੱਡ ਜੀ, ਗੱਲ ਲੱਗੀ ਸੱਚੀ ਤੇ ਖਰੀ। ਦੁੱਧ ਉਹ ਜਿਹੜਾ ਪੂਰਾ ਕਰਾਣਾ ਤੇ ਮੁੱਲ ਉਹ ਜਿਹੜੇ ਪੈਸੇ ਲੈਣੇ ਲੈਣੇ ਕਿੰਨਾ ਕੁ ਦੁੱਧ ਜਿਸ ਟਾਈਮ ਦੁੱਧ ਭਾਅ ਵੀ ਛੋਟੀ ਕੋਲ 12 ਸੇਰੇ ਜੀ ਲੋ ਜੀ 1 ਕਿਲੋ ਘੱਟ ਬਾਰਵਾਂ ਛੱਡ ਦੇਣਾ ਤੇ 11 ਕਿਲੋ ਪਹਿਲਾਂ ਝੋਟੀ ਕੋਲੇ ਜਿਹੜਾ ਨਾ ਇਹ ਦੁੱਧ ਹਾਜ਼ਰ ਮੁੱਕਿਆ ਆ ਕੇ ਆਪਣੀ ਤਸੱਲੀ ਕਰਨੀ ਹੈ ਤੇ ਮਗਰ ਇਹਦੇ ਜਨਾਬ ਕੱਟੀ ਹੈ। ਵਿਡਾਈ ਸਾਹਿਬ ਦੀ ਰੇਟ ਕਿੰਨੇ ਦੀ ਜਨਾਬ ਨੇ ਝੋਟੀ ਦੇ ਸਕਣੀ? ਝੋਟੀ ਦਾ ਪੱਕਾ ਜਿਹਾ ਮੁੱਲ ਕਰਨਾ ਜੇ ਕਿਸੇ ਭਰਾ ਨੂੰ ਪਸੰਦ ਆਈ 3.5 ਲੱਖ ਦੀ ਝੋਟੀ ਪਿਆਰ ਮੁਹੱਬਤ ਰੱਖਿਆ ਮਾਮੂਲੀ ਜਿਹਾ, ਮੈਂ ਕੋ ਨੀ ਰੱਖਿਆ ਹੁੰਦਾ 50-60 ਜੀ ਬਿਲਕੁਲ ਜੀ। ਜੈਜ਼ ਦੀ ਕਦਰ ਜਿਹੜੀ ਹੈ ਨਾ ਉਹ ਅੱਗੇ ਜਨਾਬ ਝੋਟੀ ਆ ਗਈ ਜੀ, ਨੰਬਰ ਜਿਹੜੀ ਹੈ ਨਾ ਜੀ 4 ਬਿਲਾਲ ਕੱਟੀ ਜਿਹੜੀ ਹੈ ਨਾ ਇਹ ਨਾਲ ਹੀ ਵਹਾ ਚੜਨੀ ਲੋ ਜੀ, ਪਹਿਲਣ ਝੋਟੀ ਇਹ ਮੂੰਹ ਚੁੱਕੇ ਜੇ ਮਾਸ਼ਾਅੱਲਾ ਜਨਾਬ ਸਾਰੀਆਂ ਚੰਗੀਆਂ ਨੇ। ਭਾਈ ਮੈਂ ਦੱਸ ਕੀ ਦੁੱਧ ਝੋਟੀ ਕੋਲ ਆਉਂਦਾ? ਝੋਟੀ 12 ਕਿਲੋ ਦੁੱਧ 13 ਕਿਲੋ, ਲੇਕਿਨ 1 ਕਿਲੋ ਘੱਟ ਜਨਾਬ 12 ਕਿਲੋਆਂ ਦੀ ਜਿਹੜਾ ਨਾ ਇਹ ਹਾਜ਼ਰ ਮੌਕਿਆ ਤਸੱਲੀ ਦੇਣੀ ਹੈ। ਜਿੰਜ ਦਾ ਪੈਰ ਖੁਰੀ ਏ ਝੋਟੀ ਕਰਦੀ ਵੀ ਆਜ਼ਾਦ ਆ, ਮਗਰ ਵੀ ਜਾਂਦੀ ਹੈ। ਬਾਅਦ ਜੂੜ ਪਾ ਕੇ ਚੋ ਕੇ ਥਣ ਡੇਢ ਜਿਹੜਾ ਵੀ ਭਰਾਵਾਂ ਪਿਆਣਾ ਝੋਟੀ ਜਾ ਲੱਤ ਵੀ ਲਾ ਜੇ ਤੇ ਮੇਰੀ ਗੱਡੀ ਵੀ ਚੱਲ ਕਰਾਇਆ। ਇਹ ਗੱਲ ਜੇ ਭਾੜੇ ਤੇ ਮਿਲਦੀ ਹੈ ਜਾ ਕੇ ਜਾਤ ਗਈ ਹਾਲ ਹੈ। ਵੱਡਾ ਅੱਗੇ ਪਾਣਾ ਥੋੜਾ ਜਿਹਾ ਜੂੜ ਪਾ ਕੇ ਥੱਲੇ ਪੈ, ਦੋ ਮਿੰਟ ਮਿਲ ਪੈਣਾ ਪਾਣਾ, ਪਿੱਛੋਂ ਜਾ ਛੱਡ ਦਿਓ ਜੂੜ ਖੋਲਣਾ ਖੋਲ ਦਿਓ ਆਰਾਮ ਨਾਲ ਖੋਲ ਕੇ ਲੜਨ ਨਹੀਂ ਲੱਗੇ ਜੀ। ਠੀਕ ਹੋ ਗਿਆ, ਇਹ ਭਰਾਵਾਂ ਨੂੰ ਦੱਸਿਆ ਕਿ ਭਰਾ ਜਿਹੜਾ ਹੈ ਨਾ ਕਈ ਪਹਿਲਾਂ ਔਲ ਸ਼ੋਰ ਕਰਦੀਆਂ ਵੀ ਨੇ, ਦੂਰੋਂ ਹੁੰਦੇ ਨੇ ਭਰਾ ਤੇ ਆ ਕੇ ਮੈਂ ਪਿਆ ਖਾਂ ਜੇ ਤੇ ਆ ਕੇ ਫਿਰ ਗੱਲ ਗੱਲ ਤੁੰਦੀ ਜੀ। ਦੇਖੋ ਜੀ ਗੱਲ ਉਹ ਜਿਹੜੀ ਵੀਡੀਓ ਚ ਕਰ ਪਹਿਲਾਂ ਸਾਰ ਵੀ ਜਾਂਦੀਆਂ ਨੇ ਉਹ ਵੱਡੀ ਗੱਲ ਕੋਈ ਨਹੀਂ ਆ। ਠੀਕ ਹੈ, ਸਭ ਤੋਂ ਵੱਡੀ ਗੱਲ ਹੁੰਦੀ ਹੈ ਪਹਿਲਾਂ ਤੇ ਪਹਾੜਾ ਲੱਗਣੇ, ਪਹਾੜੇ ਲੱਗ ਕੇ ਪਹਾੜੇ ਲੱਗ ਕੇ ਤੇ 100-30 ਲੱਖ ਤੋਂ ਜ਼ਿਆਦਾ ਫਿਰ ਹੋਰ ਨਾ ਜਦੋਂ ਮਿਲ ਪੈਣਾ ਹੁਣ। ਵੈਰੀ ਗੁੱਡ ਜੀ, ਫਿਰ ਹੱਲਣ ਨਹੀਂ ਲੱਗਣ ਨਹੀਂ ਲੱਗ ਲੋ ਜੀ। ਵਿਡਾਇ ਸਾਹਿਬ ਕਿੰਨੇ ਦੀ ਝੋਟੀ ਦੇ ਸਕਦੇ? ਆ ਸਾਰੇ ਕੰਮ ਵੇਖਣੇ ਜੇ ਤੇ ਐ ਵਾਲਾ ਕੰਮ ਨਾ ਹੁੰਦਾ ਤਾਂ ਮੇਰੀ ਝੋਟੀ ਉਸ ਝੋਟੀ ਤੋਂ ਵੀ ਚੰਗੀ ਹੈ, ਪਰ ਮੈਂ ਹੋਰ ਜਾਲਾ ਵੀ ਵੇਖਣਾ ਤੇ ਸਾਰੇ ਕੰਮ ਵੇਖ ਸਾਰੀਆਂ ਗੱਲਾਂ ਸਾਰੀਆਂ ਜੇ ਕਿਸੇ ਭਰਾ ਨੂੰ ਪਸੰਦ ਆਈ 3,35,000 ਤੇਰੇ ਤੋਂ 3,30,035 ਲੋ ਜੀ 35,000 ਰੁਪਈਏ ਦੀ ਲੋ ਜੀ 4 ਝੋਟੀਆਂ ਹੋ ਗਈਆਂ ਨੇ ਮੁਕੰਮਲ, ਲੇਕਿਨ ਨੰਬਰ 5 ਤੇ ਝੋਟੀ ਆ ਗਈ ਹੈ ਜਨਾਬ ਕੈਮਰੇ ਦੇ ਸਾਹਮਣੇ। ਔਰ ਅੱਜ ਵਾਲੀ ਜਿਹੜੀ ਵੀਡੀਓ ਹੈ ਨਾ ਇਸ ਵੀਡੀਓ ਦੇ ਵਿੱਚ ਸਾਰਿਆਂ ਤੋਂ ਵਿਨਰ ਸਭ ਤੋਂ ਨੂਰ ਵਾਲੀ ਝੋਟੀ ਦੀ ਗੱਲ ਦੱਸਣਾ ਪਤਾ ਜੇ ਤੁਸੀਂ ਪਿਛਲੀ ਵੀਡੀਓ ਚ ਦੋ ਬੰਦਿਆਂ ਵਾਸਤੇ ਮੇਰੇ ਨੂੰ ਕਾਲ ਕੀਤਾ ਜੀ ਬਿਲਕੁਲ ਜੀ, ਆਖਿਆ ਕਿ ਮਦਸਰ ਮਾਜ ਨਹੀਂ ਪੈ ਦਿੰਦਾ, ਮੈਂ ਤੁਹਾਨੂੰ ਆਹ ਮਾਜ ਗਈ ਹੈ ਵੇਖ ਕੇ ਕਿਉਂਕਿ ਬਿਆਨਾ ਆ ਗਿਆ, ਬਿਆਨਾ ਤਰਾਉਂ ਬੰਦਿਆਂ ਦਾ ਬਿਆਨਾ ਆਇਆ। ਇੱਕ ਬੰਦੇ ਨੇ ਤੁਹਾਨੂੰ ਪਤਾ ਜੇ ਕਾਲ ਕੀਤੀ ਬਿਆਨਾ ਘੱਲ ਰਿਹਾ, ਟਾਈਮ ਭਰਾਵਾਂ ਨੂੰ ਦਿੱਤਾ ਹੁੰਦਾ ਕਿਉਂਕਿ
ਕੋਈ ਸੋ ਮਸਲੇ ਭਰਾਵਾਂ ਦੇ ਹੋ ਜਾਂਦੇ ਨੇ, ਉਹਨਾਂ ਮੈਨੂੰ ਨਾ ਪੂਰੇ ਨਾ ਘਰ ਜੁਮੇ ਰਾਤ ਪੈਸੇ ਨੀ ਬਣੇ, ਝੋਟੀ ਮੇਰੀ ਕੋਲ ਭਾਜੀ ਚਵਾ ਏਡਾ ਕੁ ਸੋਹਣਾ ਹੋਵੇਦਾ, ਏਡਾ ਕੁ ਸੋਹਣਾ ਹੋਵੇਦਾ, ਮੋਟਾ ਚਵਾ ਹੋਵੇਦਾ, ਕੱਲ ਜਿਹੜੇ ਭਾਈ ਬਲਾਲ ਦੇ ਆਏ ਹਨ ਸ਼ਾਮੀ ਤੇ ਭਰਾ ਕਹਿੰਦੇ ਹਾਂ ਚਵਾ ਵੱਖਰਾ, ਮੈਂ ਵੀ ਨੀ ਝੋਟੀ ਸ਼ੋਕੀਆ ਜਿਹੜਾ ਨਾ ਇਹ ਭਰਾਵਾਂ ਨੇ ਸ਼ੋਕ ਨਾਲ ਵੇਖਣੀ ਹੈ, ਔਰ ਇਸ ਗੱਲ ਦੀ ਜਨਾਬ ਗੱਲ ਪਹਿਲਾਂ ਵੀ ਵੀਡੀਓ ਵਿੱਚ ਹੋ ਗਈ ਹੈ, ਤਿੰਨਾਂ ਬੰਦਿਆਂ ਵਾਸਤੇ ਜਿਹੜਾ ਨਾ ਮੈਂ ਭਾਈ ਮਦਸਰ ਨੂੰ ਫੋਨ ਕੀਤਾ ਸੀ ਕਿ ਜਿਹਨਾਂ ਮੈਨੂੰ ਕਾਲ ਕੀਤੀ ਕਿ ਮਦਸਰ ਝੋਟੀ ਨਹੀਂ ਪੈ ਦਿੰਦਾ, ਲੇਕਿਨ ਭਾਈ ਮਦਸਰ ਨੇ ਕਿਹਾ ਕਿ ਬਿਆਨਾ ਜਿਹੜਾ ਨਾ ਆ ਗਏ ਹੈ, ਔਰ ਦੋਵਾਂ ਬੰਦਿਆਂ ਦਾ ਬਿਆਨਾ ਆਇਆ ਵਾਪਸ ਕੀਤਾ ਕਿ ਉਹਨਾਂ ਦੇ ਪਾਬੰਦ ਹੋ ਗਈ, ਉਹਨਾਂ 10,000 ਰੁਪਇਆ ਕਾਲ ਹੋਇਆ, ਉਹਨਾਂ ਦੀ ਮਾਨਤ ਹੁੰਦੀ ਹੈ ਜੀ ਸਾਡੇ ਕੋਲ ਜੀ, ਉਹਨਾਂ ਦਾ ਬਿਆਨਾ ਪਿੱਛਾ ਕੀਤਾ, ਤੁਸੀਂ ਇਹ ਜੀ ਦੀ ਗਰੰਟੀ ਆ ਜੀ ਬਿਲਕੁਲ ਜਨਾਬ, ਤੇ ਚਲੋ ਜਿੱਥੇ ਦਾ ਦਾਣਾ ਪਾਣੀ ਆ ਜਿੱਥੇ ਦਾ ਜਿਹੜਾ ਸਾਡੇ ਨਸੀਬਾਂ ਵਿੱਚ ਗੱਲਾਂ ਹੁੰਦੀਆਂ ਨੇ ਨਸੀਬਾਂ ਦੀਆਂ ਜੀ ਬਿਲਕੁਲ ਜਨਾਬ, ਜੀ ਮੇਰੇ ਕੋਲ ਦੁੱਧ ਦਸਾਂ ਭਾਜੀ ਇੱਕ ਥਾਂ ਕੱਟੇ ਨੂੰ ਪਿਆ ਕੇ ਠੀਕ ਹੈ, ਕਿੰਨਾ ਥਣਾ ਵਿੱਚ 1500 ਦੁੱਧ ਹੋਵੇ, ਔਰ ਫਿਰ ਪੋਲੀ ਚਵਾਈ ਮਾਸ਼ਾਅੱਲਾ ਜਨਾਬ, ਚਵਾਈ ਚੈੱਕ ਕਰਨੀ ਹੈ ਕਿ ਪੋਲੀ ਜਿਹੜਾ ਫਿਰ ਐਡੀ ਕੁ ਭਾ ਸਾਊ ਹੈ, ਐਡੀ ਕੁ ਸਾਊ ਹੈ, ਕੋਈ ਵੰਡਾ ਨੀ, ਕੋਈ ਕੱਖ ਨੀ, ਠੀਕ ਹੈ, ਬੇਸ਼ੱਕ ਕੱਟਾ ਉੱਥੇ ਬੱਜਿਆ ਨਾ ਲੜਨੇ ਲੱਗੇ ਲੋ ਜੀ, ਮਗਰ ਇਹਦੇ ਕੱਟਾ ਤ੍ਰੈ ਜਾਂ 4 ਘੰਟੇ ਉੱਤੇ ਹੋਈ ਬਰਦਾਸ਼ਤ ਨਹੀਂ ਹੁੰਦਾ, ਲੇਕਿਨ ਇਹ ਦੁੱਧ ਹੈ ਨਾ ਨੂਰ ਵਾਲੀ ਹੈ ਨਾ ਵਗੀ ਜਾਂਦੀ ਹੈ ਜੀ ਬਿਲਕੁਲ ਜਨਾਬ, ਔਰ ਫਿਰ ਇੱਥੋਂ ਸਾਬਤ ਹੁੰਦਾ ਕਿ ਚਵਾਈ ਪੋਲੀ ਹੈ, ਮੋਟਾ ਭਾ ਅੰਗੂਠੇ ਤੋਂ ਮੋਟਾ ਚਵਾ ਹੋਇਆ ਨਾ ਜੀ, ਤੇ ਮੇਰੇ ਤੇ ਰੁਪਇਆ ਦਾ ਲਾਲ ਹੈ, ਮੇਰੇ ਤੇ ਇੱਕ ਰੁਪਇਆ ਵੀ ਦਾਣਾ ਲੋ ਜੀ, ਕੀ ਕੁ ਦੁੱਧ ਚੁੱਕੀ ਇੱਕ ਥਣ ਕੱਟੇ ਨੂੰ ਪਿਆ ਲੈਣਾ, ਤਿੰਨਾਂ ਥਣਾਂ ਚੋਂ 1500 ਠੰਡਾ ਦੁੱਧ ਛੋੜ ਲੋ ਜੀ, ਇੱਕ ਥਣ ਨੂੰ ਹੱਥ ਨਹੀਂ ਲਾਣਾ, ਇੱਕ ਥਣ ਨੂੰ ਹੱਥ ਨਹੀਂ ਲਾਣਾ, ਦੋਵਾਂ ਥਣਾਂ ਚੋਂ ਅਗਲਾ ਇੱਕ ਥਣ ਜਿਹੜਾ ਮਰਜ਼ੀ ਪਿਆ ਲੈਣ ਜੀ, ਤੇ ਗਾੜੀ ਪਛਾੜੀ ਇੱਕੋ ਜਿਹੀ ਹੋਵੇ ਦੀ, ਠੀਕ ਹੈ, ਤਿੰਨਾਂ ਥਣਾਂ ਵਿੱਚੋਂ ਜੀ 15 ਕਿਲੋ ਦਾ ਦੁੱਧ ਛੋੜ ਲੋ ਜੀ, 15 ਕਿਲੋ, ਹੁਣ ਇੱਕ ਗੱਲ ਦੱਸੋ ਨਾ ਭਾਈ ਮਦਸਰ, ਝੋਟੀ ਅੱਜ ਕਿਸੇ ਭਰਾ ਨੂੰ ਪਸੰਦ ਆ ਰਿਹਾ, 4,70,000 ਮੁੱਲ ਕੀਤੇ ਆ ਸੀ, ਠੀਕ ਹੈ, ਠੀਕ ਹੈ, ਰੂਹ ਇਮਾਨ ਅੱਲਾ ਜਾਣਦਾ ਹੈ, ਰਿਜ਼ਕ ਕੇ 4,60,000 ਦੀ ਝੋਟੀ ਲੋ ਜੀ, 10,000 ਕਦਰ ਕੀਤੀ ਕਿਸੇ ਭਰਾ ਨੂੰ ਪਸੰਦ ਆਈ, ਅਗਰ ਝੋਟੀ ਲੈਣੀ ਹੈ ਨਾ 60,000 ਰੁਪਏ ਦੀ ਜਨਾਬ ਬਿਸਮਿਲ੍ਲਾ ਪੜ ਕੇ ਰਸਾ ਫੜਾ ਸਕਣਾ, ਮਗਰ ਇਹਦੇ ਜਨਾਬ ਕੱਟਾ ਜਿਹੜਾ ਨਾ ਝੋਟੀ, ਇੱਕ ਗੱਲ ਕਰਨਾ ਭਾ ਜਿਸ ਘਰ ਟੋਰਗੀ ਨਾ ਝੋਟੀ ਜੀ ਦੁੱਧ ਨਾਲ ਤੇ ਆਣਾ ਇਨਸ਼ਾਅੱਲਾ ਪਸੇਗੀ ਜਿਹੜਾ ਨਾ, ਲੋ ਜੀ ਅੱਗੇ ਕੋਲੋਂ ਜੀ ਨੰਬਰ ਜਿਹੜੀ ਹੈ ਨਾ 6 ਤੇ ਅੱਜ ਦੀ ਵੀਡੀਓ ਦੀ ਆਖਰੀ ਜਿਹੜਾ ਨਾ ਇੱਕ ਹੀ ਬੈੜੀ ਹੈ, ਮਗਰ ਇਹਦੇ ਬੱਚਾ ਜਿਹੜਾ ਪਹਿਲਣ,
ਕੀ ਕਦੂਜਿਆ ਤੂੰ ਭਾਲ ਬਾ ਥੋੜਾ ਪੀੜਾ ਰੱਖਦੀ ਥਾਣੇ ਵੇਖਣ ਭਰਾ ਮੇਰੇ ਕਿੱਡਾ ਸੋਹਣਾ ਮੱਝ ਵਾਲਾ ਔਰ ਕਾਲਾ ਕਾਲਾ ਠੀਕ ਹੈ ਤੇ ਲਬਾਦ ਥੋੜਾ ਪੀੜਾ ਰੱਖਦੀ ਹੈ ਬੈੜੀ ਕੋਲ ਹੋਵੇ ਦਾ ਦੁੱਧ 12 ਸੇ ਹਾਜ਼ਰ ਜੀ ਹਾਜ਼ਰ 11 ਸੇ ਦੀ ਸਾਰੀ ਤਸੱਲੀ ਠੀਕ ਹੋ ਗਿਆ ਲੋ ਜੀ ਕੋਨ ਕੇ ਚੋ ਲੈਣੀ ਹੈ ਦੋਵੇਂ ਟੈਪ ਦੋਵੇਂ ਗ੍ਰਾਸ ਦੀ ਜਨਾਬ ਬੈੜੀ ਹੈ ਇੱਕ ਰੰਗ ਦੇ ਵਿੱਚ ਨਸ਼ ਕਾਲੀ ਮੇਰੀ ਟੀਕ ਸੋਹਵੇ ਜੂੜ ਪਾਓ ਜਾਂ ਨਾ ਪਾਓ ਹਲਣ ਨਹੀਂ ਲੱਗੀ ਹਲਣ ਨਹੀਂ ਲੱਗੀ ਠੀਕ ਹੋ ਗਿਆ ਜਨਾਬ ਦੁੱਧ 11 ਕਿਲੋ ਜਿਹੜਾ ਹੈ ਨਾ ਇਹ ਹਾਜ਼ਰ ਮੌਕਾ ਜਿਹੜਾ ਹੈ ਨਾ ਇਹ ਬੈੜੀ ਕੋਲੇ ਮੌਜੂਦ ਹੈ ਸ਼ਾਹ ਕਾਲੀ ਇੱਕ ਰੰਗ ਦੇ ਵਿੱਚ ਜਨਾਬ ਮੱਝਾਲਾ ਰੰਗ ਤੇ ਮੱਝਾਲਾ ਥਾਂ ਜੀ ਬਿਲਕੁਲ ਜੀ ਤੇ ਫਿਰ ਥਾਂ ਵੇ ਕਾਲਾ ਭਾਈ ਮੈਂ ਦੱਸ ਰਿਹਾ ਕਿੰਨੇ ਦੀ ਬੈੜੀ ਦੇ ਸੜਨੀ ਹੈ ਪਾ ਪੱਕਾ ਜਾਂ ਮੁੱਲ ਬੈੜੀ ਦਾ ਕਰ ਹਣਾ ਜੀ ਪਸੰਦ ਆਈ ਨਾ ਜੀ 2,45,000 ਦੀ ਬੈੜੀ ਜਾ ਰਾਜ਼ੀ ਆ ਤੇਰੇ ਤੋਂ 2,40,005 ਲੋ ਜੀ 45,000 ਦੀ ਜਿਸ ਭਰਾ ਨੂੰ ਪਸੰਦ ਆਵੇ ਪਹਿਲਣ ਮਗਰ ਇਹਦੇ ਬੱਚਾ ਔਰ ਬਲਾਲ ਇੱਕੋ ਜੀ ਜਿਹੜਾ ਨਾ ਇਹ ਝੋਟੀਆਂ ਸਾਰੀਆਂ ਪੱਜੀਆਂ ਜਿਹੜੀਆਂ ਨਾ ਇਹ ਵਹਾਸਣੀਆਂ ਨੇ ਤੇ ਬਾਕੀ ਅੱਲਾ ਪਾਕ ਰੱਖੇ ਖੈਰ ਇਸੇ ਵੀਡੀਓ ਦੇ ਨਾਲ ਜਨਾਬ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੇ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਭਾਈ ਮੈਂ ਦੱਸਾਂ ਨਾਰਾ ਮਾਰਨਾ ਜੀ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।